ਤਰੀਕ। ਦੋਸਤੋ, ਜਿਸ ਤਰੀਕੇ ਨਾਲ ਕਿਸਾਨ ਅੱਜ ਪ੍ਰਦਰਸ਼ਨ ਕਰਨ ਲਈ ਮਜਬੂਰ ਹੈ ਔਰ ਕੇਂਦਰ ਸਰਕਾਰ ਜਿਹੜੀ ਹੈਗੀ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ, ਇਹ ਇੱਕ ਬੜੀ ਸ਼ਰਮਨਾਕ ਜਿਹੜੀ ਗੱਲ ਹੈਗੀ ਆ ਔਰ ਬੜੀ ਚਿੰਤਾਜਨਕ ਹੈ। ਮੈਂ ਸਮਝਦਾ ਕਿ ਕਿਸਾਨਾਂ ਨੂੰ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਔਰ ਬੜੀ ਆਜ਼ਾਦੀ ਦੇ ਨਾਲ ਆਪਣੀ ਗੱਲ ਕਰਨ ਦਾ ਜਿਹੜਾ ਹੈਗਾ ਹੱਕ ਮਿਲਣਾ ਚਾਹੀਦਾ ਹੈਗਾ। ਅੱਜ ਕੇਂਦਰ ਸਰਕਾਰ ਦੀ ਵਜ੍ਹਾ ਕਰਕੇ, ਕੇਂਦਰ ਸਰਕਾਰ ਦੀ ਜਿੱਦ ਕਾਰਨ, ਕਿਉਂਕਿ ਕਿਸਾਨ ਜਿਹੜਾ ਹੈਗਾ ਪਿਛਲੇ 3 ਸਾਲ ਤੋਂ ਲਗਾਤਾਰ ਆਪਣੀਆਂ ਜਿਹੜੀਆਂ ਮੰਗਾਂ ਲਈ ਸੰਘਰਸ਼ ਕਰ ਰਿਹਾ, ਪਰ ਕੇਂਦਰ ਸਰਕਾਰ ਦੀ ਜਿੱਦ ਦੇ ਕਾਰਨ ਅੱਜ ਕਿਸਾਨ ਜਿਹੜਾ ਹੈਗਾ ਬਾਰਡਰਾਂ 'ਤੇ ਰੋਲਣ ਲਈ ਮਜਬੂਰ ਆ। ਅੱਜ ਕੇਂਦਰ ਸਰਕਾਰ ਦੀ ਜਿੱਦ ਨੇ ਪੰਜਾਬ ਦੀ ਧਰਤੀ ਨੂੰ ਅੱਜ ਜਿਹੜਾ ਨਕੀਲੇ ਤਾਰਾਂ ਦੇ ਵਿੱਚ ਬੰਨ੍ਹ ਦਿੱਤਾ ਹੈਗਾ ਔਰ ਬਾਰਡਰਾਂ ਦੇ ਉੱਪਰ ਬੜੀ ਵੱਡੀ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਇਹ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੈਗੀ ਆ। ਕੇਂਦਰ ਸਰਕਾਰ ਨੂੰ ਆਪਣੀ ਜਿੱਦ ਛੱਡ ਕੇ ਅੱਗੇ ਆਉਣਾ ਚਾਹੀਦਾ ਔਰ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਉਹ ਤੁਰੰਤ ਹੱਲ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਕਿਸਾਨ ਜਿਹੜਾ ਹੈਗਾ ਉਹ ਸਾਡੇ ਦੇਸ਼ ਦਾ ਅੰਨਦਾਤਾ ਹੈਗਾ। ਉਹ ਕੋਈ ਅੱਤਵਾਦੀ ਨਹੀਂ ਕਿ ਅਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਉਹਨਾਂ 'ਤੇ ਗੋਲੇ ਵਰਸਾਈਏ, ਉਹਨਾਂ 'ਤੇ ਲਾਠੀਚਾਰਜ ਕਰੀਏ ਜਾਂ ਉਹਨਾਂ ਨੂੰ ਰੋਕੀਏ, ਕਿਉਂਕਿ ਕਿਸਾਨ ਸ਼ਾਂਤੀਪੂਰਵਕ ਤਰੀਕੇ ਨਾਲ ਦਿੱਲੀ ਵੱਲ ਕੂਚ ਕਰਨਾ ਚਾਹੁੰਦੇ ਨੇ ਔਰ ਉਹ ਦਿੱਲੀ ਬੈਠ ਕੇ ਆਪਣੀਆਂ ਜਿਹੜੀਆਂ ਹੈਗੀਆਂ ਨੇ ਗੱਲਾਂ ਕੇਂਦਰ ਸਰਕਾਰ ਦੇ ਕੰਨ ਦੇ ਵਿੱਚ ਪਾਉਣਾ ਚਾਹੁੰਦੇ ਨੇ ਔਰ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ, ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ। ਪਰ ਜਿਹੜੀ ਕੇਂਦਰ ਸਰਕਾਰ ਹੈ ਦਿੱਲੀ ਬੈਠ ਕੇ ਉਹਨਾਂ ਨੂੰ ਮੀਟਿੰਗਾਂ ਦੇ ਲਈ ਲਾਰਾ ਦਰ ਲਾ ਰਹੀ ਹੈ, ਬਹਾਨੇਬਾਜ਼ੀਆਂ ਲਾ ਰਹੀ ਹੈ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਔਰ ਬਲ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਸੋ ਇਹ ਸਰਾਸਰ ਗਲਤ ਹੈ। ਸਾਰੀ ਜਿੱਦ ਛੱਡ ਕੇ ਮੇਰੀ ਅਪੀਲ ਹੈ ਕੇਂਦਰ ਸਰਕਾਰ ਨੂੰ ਕਿ ਅੱਗੇ ਆਉਣਾ ਚਾਹੀਦਾ ਔਰ ਕਿਸਾਨ ਦੀਆਂ ਮੰਗਾਂ ਤੁਰੰਤ ਮੰਨ ਲਈਆਂ ਜਾਣੀਆਂ ਚਾਹੀਦੀਆਂ। ਦੋਸਤੋ, ਜਿਸ ਤਰੀਕੇ ਨਾਲ ਕਿਸਾਨ ਅੱਜ ਪ੍ਰਦਰਸ਼ਨ ਕਰਨ ਲਈ ਮਜਬੂਰ ਹੈ ਔਰ ਕੇਂਦਰ ਸਰਕਾਰ ਜਿਹੜੀ ਹੈਗੀ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ, ਇਹ ਇੱਕ ਬੜੀ ਸ਼ਰਮਨਾਕ ਜਿਹੜੀ ਗੱਲ ਹੈਗੀ ਆ ਔਰ ਬੜੀ ਚਿੰਤਾਜਨਕ ਹੈ। ਮੈਂ ਸਮਝਦਾ ਕਿ ਕਿਸਾਨਾਂ ਨੂੰ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਔਰ ਬੜੀ ਆਜ਼ਾਦੀ ਦੇ ਨਾਲ ਆਪਣੀ ਗੱਲ ਕਰਨ ਦਾ ਜਿਹੜਾ ਹੈਗਾ ਹੱਕ ਮਿਲਣਾ ਚਾਹੀਦਾ ਹੈਗਾ। ਅੱਜ ਕੇਂਦਰ ਸਰਕਾਰ ਦੀ ਵਜ੍ਹਾ ਕਰਕੇ, ਕੇਂਦਰ ਸਰਕਾਰ ਦੀ ਜਿੱਦ ਕਾਰਨ, ਕਿਉਂਕਿ ਕਿਸਾਨ ਜਿਹੜਾ ਹੈਗਾ ਪਿਛਲੇ 3 ਸਾਲ ਤੋਂ ਲਗਾਤਾਰ ਆਪਣੀਆਂ ਜਿਹੜੀਆਂ ਮੰਗਾਂ ਲਈ ਸੰਘਰਸ਼ ਕਰ ਰਿਹਾ, ਪਰ ਕੇਂਦਰ ਸਰਕਾਰ ਦੀ ਜਿੱਦ ਦੇ ਕਾਰਨ ਅੱਜ ਕਿਸਾਨ ਜਿਹੜਾ ਹੈਗਾ ਬਾਰਡਰਾਂ 'ਤੇ ਰੋਲਣ ਲਈ ਮਜਬੂਰ ਆ। ਅੱਜ ਕੇਂਦਰ ਸਰਕਾਰ ਦੀ ਜਿੱਦ ਨੇ ਪੰਜਾਬ ਦੀ ਧਰਤੀ ਨੂੰ ਅੱਜ ਜਿਹੜਾ ਨਕੀਲੇ ਤਾਰਾਂ ਦੇ ਵਿੱਚ ਬੰਨ੍ਹ ਦਿੱਤਾ ਹੈਗਾ ਔਰ ਬਾਰਡਰਾਂ ਦੇ ਉੱਪਰ ਬੜੀ ਵੱਡੀ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਇਹ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੈਗੀ ਆ। ਕੇਂਦਰ ਸਰਕਾਰ ਨੂੰ ਆਪਣੀ ਜਿੱਦ ਛੱਡ ਕੇ ਅੱਗੇ ਆਉਣਾ ਚਾਹੀਦਾ ਔਰ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਉਹ ਤੁਰੰਤ ਹੱਲ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਕਿਸਾਨ ਜਿਹੜਾ ਹੈਗਾ ਉਹ ਸਾਡੇ ਦੇਸ਼ ਦਾ ਅੰਨਦਾਤਾ ਹੈਗਾ। ਉਹ ਕੋਈ ਅੱਤਵਾਦੀ ਨਹੀਂ ਕਿ ਅਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਉਹਨਾਂ 'ਤੇ ਗੋਲੇ ਵਰਸਾਈਏ, ਉਹਨਾਂ 'ਤੇ ਲਾਠੀਚਾਰਜ ਕਰੀਏ ਜਾਂ ਉਹਨਾਂ ਨੂੰ ਰੋਕੀਏ, ਕਿਉਂਕਿ ਕਿਸਾਨ ਸ਼ਾਂਤੀਪੂਰਵਕ ਤਰੀਕੇ ਨਾਲ ਦਿੱਲੀ ਵੱਲ ਕੂਚ ਕਰਨਾ ਚਾਹੁੰਦੇ ਨੇ ਔਰ ਉਹ ਦਿੱਲੀ ਬੈਠ ਕੇ ਆਪਣੀਆਂ ਜਿਹੜੀਆਂ ਹੈਗੀਆਂ ਨੇ ਗੱਲਾਂ ਕੇਂਦਰ ਸਰਕਾਰ ਦੇ ਕੰਨ ਦੇ ਵਿੱਚ ਪਾਉਣਾ ਚਾਹੁੰਦੇ ਨੇ ਔਰ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ, ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ। ਪਰ ਜਿਹੜੀ ਕੇਂਦਰ ਸਰਕਾਰ ਹੈ ਦਿੱਲੀ ਬੈਠ ਕੇ ਉਹਨਾਂ ਨੂੰ ਮੀਟਿੰਗਾਂ ਦੇ ਲਈ ਲਾਰਾ ਦਰ ਲਾ ਰਹੀ ਹੈ, ਬਹਾਨੇਬਾਜ਼ੀਆਂ ਲਾ ਰਹੀ ਹੈ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਔਰ ਬਲ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਸੋ ਇਹ ਸਰਾਸਰ ਗਲਤ ਹੈ। ਸਾਰੀ ਜਿੱਦ ਛੱਡ ਕੇ ਮੇਰੀ ਅਪੀਲ ਹੈ ਕੇਂਦਰ ਸਰਕਾਰ ਨੂੰ ਕਿ ਅੱਗੇ ਆਉਣਾ ਚਾਹੀਦਾ ਔਰ ਕਿਸਾਨ ਦੀਆਂ ਮੰਗਾਂ ਤੁਰੰਤ ਮੰਨ ਲਈਆਂ ਜਾਣੀਆਂ ਚਾਹੀਦੀਆਂ।